ਦੇਖੋ ਅਜੇ ਸਹਿਮਤੀ ਵਾਲੀਆਂ ਗੱਲਾਂ ਤਾਂ ਕੋਈ ਬਹੁਤੀਆਂ ਉਹਦੇ 'ਚ ਹੈ ਨਹੀਂ ਸੀ, ਕਿਉਂਕਿ ਖੇਤੀ ਨੀਤੀ ਦਾ ਖਰੜਾ ਪਹਿਲਾਂ ਤਾਂ ਹੈ ਹੀ ਬਹੁਤ ਵੱਡਾ। ਇਕੱਲੀ ਇਕੱਲੀ ਮੰਗ ਅਸੀਂ ਆਪਦੀ ਉਹਨਾਂ ਮੂਹਰੇ ਰੱਖੀ, ਪੜ੍ਹ ਕੇ ਸੁਣਾਈ, ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਵੀ ਕੁਛ ਬੋਲਿਆ। ਜਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਸੀ, ਤੁਹਾਡੇ ਮਨੋਰਥ ਸੀਗੇ ਖੇਤੀ ਨੀਤੀ ਵਾਤਾਵਰਣ ਪ੍ਰਤੀ ਸੁਹਿਰਦ ਖੇਤੀ ਨੀਤੀ ਚਾਹੀਦੀ ਆ, ਕਿਤੇ ਨਾ ਕਿਤੇ ਤੁਹਾਨੂੰ ਕਿਸੇ ਪੱਧਰ ਤੱਕ ਸਫਲਤਾ ਮਿਲੀ ਹੈ ਸੀ। ਸਰਕਾਰ ਤੁਹਾਡੇ ਉਸ ਮਨੋਰਥ ਨੂੰ ਤੁਹਾਡੇ ਹੀ ਉਦੇਸ਼ ਮੁਤਾਬਕ ਸਮਝ ਰਹੀ ਹੈ ਜਾਂ ਕੋਈ ਆਪਦੀਆਂ ਨੀਤੀਆਂ ਵੀ ਉਹਦੇ ਲਾਗੂ ਕਰਦੀ ਨਜ਼ਰ ਆਉਂਦੀ? ਦੇਖੋ ਸਰਕਾਰ ਕੀ ਸਮਝਦੀ ਹੈ ਇਹਦੇ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਅਸੀਂ ਸਰਕਾਰ ਦੇ ਮੂੰਹੋਂ ਇਹ ਕਹਾ ਲਿਆ ਵੀ ਖੇਤੀ ਨੀਤੀ ਬਣਾ ਕੇ ਤੁਹਾਨੂੰ ਅਸੀਂ ਖਰੜਾ ਤਿਆਰ ਕਰਕੇ ਦੇਵਾਂਗੇ, ਉਹ 'ਤੇ ਅਸੀਂ ਤੁਹਾਡੇ ਨਾਲ ਚਰਚਾ ਕਰਕੇ ਇਹਨੂੰ ਫਾਈਨਲ ਕਰਾਂਗੇ। ਉਗਰਾਹਾਂ ਸਾਡੇ ਨਾਲ ਨੇ, ਹਾਲਾਂਕਿ 5 ਦਿਨਾਂ ਰੋਜ਼ਾ ਜਿਹੜਾ ਧਰਨਾ ਲਾਇਆ ਗਿਆ ਸੀ ਉਹ ਧਰਨੇ ਦੀ ਸਮਾਪਤੀ ਦਾ ਐਲਾਨ ਜ਼ਰੂਰ ਕੀਤਾ ਗਿਆ। ਉਗਰਾਹਾਂ ਜੀ, ਕੱਲ੍ਹ ਬਹੁਤ ਲੰਬੀ ਚੌੜੀ ਮੀਟਿੰਗ ਤੁਹਾਡੀ ਮੁੱਖ ਮੰਤਰੀ ਨਾਲ ਮੰਤਰੀਆਂ ਨਾਲ ਹੋਈ ਹੈ, ਕਿਹੜੀਆਂ ਗੱਲਾਂ ਨੇ ਜਿਹੜੀਆਂ ਸਿੱਧੇ ਤੌਰ 'ਤੇ ਸਹਿਮਤੀ ਜੀ ਦੇ ਬਣ ਗਈ ਕੱਲ੍ਹ? ਦੇਖੋ ਅਜੇ ਸਹਿਮਤੀ ਵਾਲੀਆਂ ਗੱਲਾਂ ਤਾਂ ਕੋਈ ਬਹੁਤੀਆਂ ਉਹਦੇ 'ਚ ਹੈ ਨਹੀਂ ਸੀ, ਕਿਉਂਕਿ ਖੇਤੀ ਨੀਤੀ ਦਾ ਖਰੜਾ ਪਹਿਲਾਂ ਤਾਂ ਹੈ ਹੀ ਬਹੁਤ ਵੱਡਾ। ਇਕੱਲੀ ਇਕੱਲੀ ਮੰਗ ਅਸੀਂ ਆਪਦੀ ਉਹਨਾਂ ਮੂਹਰੇ ਰੱਖੀ, ਪੜ੍ਹ ਕੇ ਸੁਣਾਈ, ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਵੀ ਕੁਛ ਬੋਲਿਆ। ਉੱਤੇ ਇਹ ਬਣ ਗਈ ਸਹਿਮਤੀ ਵੀ ਤੁਸੀਂ ਦੱਸੋ ਤੁਹਾਡਾ ਜਿਹੜੀ ਖੇਤੀ ਨੀਤੀ ਦਾ ਖਰੜਾ ਸਾਨੂੰ ਦਿਓ, ਅਸੀਂ ਵੀ ਪੜ੍ਹਨਾ, ਉਹ 'ਤੇ ਅਸੀਂ ਚਰਚਾ ਕਰਾਂਗੇ। ਉਹਨਾਂ ਦਾ ਜਵਾਬ ਇਹ ਸੀ ਵੀ ਉਹ ਖੇਤੀ ਨੀਤੀ ਦਾ ਖਰੜਾ ਹੈਗਾ 1600 ਸਫ਼ਿਆਂ ਦਾ, ਉਹ 1600 ਸਫ਼ਿਆਂ ਦਾ ਖਰੜਾ ਤਾਂ ਤਿਆਰ ਹੋ ਗਿਆ, ਕੱਚਾ ਖਰੜਾ। ਉਹ ਖਰੜੇ 'ਤੇ ਅਸੀਂ ਮਾਹਰਾਂ ਨਾਲ ਆਪਦੇ ਮਾਹਰਾਂ ਨਾਲ ਰਾਏ ਕਰਨੀ, ਉਹ ਰਾਏ ਕਰਨ ਤੋਂ ਬਾਅਦ ਹੀ ਤੁਹਾਨੂੰ ਦੇ ਸਕਦੇ ਹਾਂ। ਉਹਦੀ ਅਸੀਂ ਡੇਟ ਬਾਊਂਡ ਕਰਾਈ ਉਹਨਾਂ ਤੋਂ, 30 ਸਤੰਬਰ ਉਹਨਾਂ ਨੇ ਮੰਗਿਆ ਵੀ 30 ਸਤੰਬਰ ਤੱਕ ਅਸੀਂ ਤੁਹਾਨੂੰ ਉਹ ਖਰੜਾ ਮੁਕੰਮਲ ਕਰਕੇ ਤੁਹਾਨੂੰ ਦੇ ਦਾਂਗੇ। ਉਹ ਤੋਂ ਬਾਅਦ ਉਹਦੇ 'ਤੇ ਚਰਚਾ ਹੋਊਗੀ, ਉਹਦੇ ਵਿੱਚ ਕੀ ਹੈ, ਉਹ ਖਰੜਾ ਸਾਨੂੰ ਮਿਲਦਾ ਕਿ ਨਹੀਂ ਮਿਲਦਾ ਬਾਊਂਡ ਡੇਟ 'ਤੇ, ਉਹਦੇ ਬਾਰੇ ਚਰਚਾ ਕਰਕੇ ਅਸੀਂ ਅਗਲਾ ਐਕਸ਼ਨ ਲਿਖਾਂਗੇ। ਤੁਹਾਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਸੀ, ਤੁਹਾਡੇ ਮਨੋਰਥ ਸੀਗੇ ਖੇਤੀ ਨੀਤੀ ਵਾਤਾਵਰਣ ਪ੍ਰਤੀ ਸੁਹਿਰਦ ਖੇਤੀ ਨੀਤੀ ਚਾਹੀਦੀ ਹੈ, ਕਿਤੇ ਨਾ ਕਿਤੇ ਤੁਹਾਨੂੰ ਕਿਸੇ ਪੱਧਰ ਤੱਕ ਸਫਲਤਾ ਮਿਲੀ ਹੈ ਇਸ ਚੀਜ਼? ਬਿਲਕੁਲ, ਅਸੀਂ ਆਪਣੇ ਜਿਹੜੀ ਗੱਲ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਸੀ, ਜਿਹੜੇ ਮਨੋਰਥ ਨੂੰ ਅਸੀਂ ਲੈ ਕੇ ਆਏ ਸੀ ਉਹ ਇੰਟਰੋਡਿਊਸ ਅਸੀਂ ਕਰਤਾ। ਲੱਗਦਾ ਸਰਕਾਰ ਤੁਹਾਡੇ ਉਸ ਮਨੋਰਥ ਨੂੰ ਤੁਹਾਡੇ ਹੀ ਉਦੇਸ਼ ਮੁਤਾਬਕ ਸਮਝ ਰਹੀ ਹੈ ਜਾਂ ਕੋਈ ਆਪਦੀਆਂ ਨੀਤੀਆਂ ਵੀ ਉਹਦੇ ਲਾਗੂ ਕਰਦੀ ਨਜ਼ਰ ਆਉਂਦੀ? ਦੇਖੋ ਸਰਕਾਰ ਕੀ ਸਮਝਦੀ ਹੈ ਇਹਦੇ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਅਸੀਂ ਸਰਕਾਰ ਦੇ ਮੂੰਹੋਂ ਇਹ ਕਹਾ ਲਿਆ ਵੀ ਖੇਤੀ ਨੀਤੀ ਬਣਾ ਕੇ ਤੁਹਾਨੂੰ ਅਸੀਂ ਖਰੜਾ ਤਿਆਰ ਕਰਕੇ ਦੇਵਾਂਗੇ, ਉਹ 'ਤੇ ਅਸੀਂ ਤੁਹਾਡੇ ਨਾਲ ਚਰਚਾ ਕਰਕੇ ਇਹਨੂੰ ਫਾਈਨਲ ਕਰਾਂਗੇ। 2.5 ਸਾਲ ਤੋਂ ਖੇਤੀ ਨੀਤੀ ਦਾ ਐਲਾਨ ਹੁੰਦਾ ਨਜ਼ਰ ਆ ਰਿਹਾ, ਦੋ ਮੰਤਰੀ ਖੇਤੀਬਾੜੀ ਬਦਲਦੇ, ਮੀਟਿੰਗਾਂ ਕਈ ਹੋ ਗਈਆਂ, ਹਜੇ ਵੀ ਲੱਗਦਾ 30 ਸਤੰਬਰ ਤੱਕ ਗੱਲ ਨਿਬੜ ਜੂ। ਸਰਕਾਰ ਹੈ ਜੀ ਇਹ, ਜੇ ਉਹ ਮੁਕੰਮਲ ਵੀ ਹੋ ਗਈ ਇੰਪਲੀਮੈਂਟ ਕਰਾਉਣ ਵਾਸਤੇ ਵੀ ਲੜਨਾ ਪੈਣਾ, ਕਿਉਂਕਿ ਖੇਤੀ ਨੀਤੀ ਦਾ ਬਣਨਾ ਹੀ ਆਪਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਇਹਦਾ ਖੇਤੀ ਨੀਤੀ ਤਿਆਰ ਕਰਨਾ, ਉਹ ਖੇਤੀ ਨੀਤੀ ਹੈ ਕਹੀ ਜੀ, ਕਾਰਪੋਰੇਟ ਪੱਖੀ ਹੈ ਕਿ ਸਾਡੇ ਪੱਖੀ ਹੈ, ਜੋ ਅਸੀਂ ਸੋਚਦੇ ਹਾਂ ਉਹ ਖੇਤੀ ਨੀਤੀ 'ਚ ਗੱਲਾਂ ਪਾਈਆਂ ਨੇ ਕਿ ਕੁਝ ਹੋਰ ਹੈ, ਉਹ ਸਾਰਾ ਕੁਝ ਦੇਖਾਂ। ਠੀਕ ਹੈ, ਤੇ ਸੈਟੀਸਫਾਈ ਮੰਨਦੇ ਹੋ ਇਸ ਮੀਟਿੰਗ ਨੂੰ? ਨਹੀਂ, ਅਸੀਂ ਆਪਦੇ ਪ੍ਰੋਗਰਾਮ ਨੂੰ ਸੈਟੀਸਫਾਈ ਮੰਨਦੇ ਹਾਂ, ਮੀਟਿੰਗ ਨੂੰ ਸੈਟੀਸਫਾਈ। ਦੇਖੋ ਮੀਟਿੰਗ ਨੂੰ ਸੈਟੀਸਫਾਈ ਤਾਂ ਅਮਲ ਤੋਂ ਪਤਾ ਲੱਗਣਾ ਨਾ, ਜੇ ਅੱਜ ਤੱਕ ਗੱਲਾਂ ਹੋਈਆਂ ਨੇ ਉਹ 'ਚ ਕੀ ਅਮਲ ਹੁੰਦਾ ਤੋਂ ਬਾਅਦ ਦੇਖੋ। ਜੇ ਅਮਲ ਨਹੀਂ ਹੁੰਦਾ 30 ਤਰੀਕ ਤੱਕ ਅਮਲ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋਵੇਗਾ? ਦੇਖੋ ਸਾਥੀ, ਸਾਨੂੰ ਅਸੀਂ ਨਾ ਜਿਹੜੀ ਹੱਥ 'ਚ ਆ ਜਿਹੜੀ ਚੀਜ਼ ਉਹਨੂੰ ਕਹਿੰਦੇ ਵੀ ਸਾਡੀ ਹੈ। ਠੀਕ ਹੈ, ਉਦੋਂ ਪਹਿਲਾਂ ਅਸੀਂ ਕਦੇ ਨਹੀਂ, ਅਸੀਂ ਕਹਿੰਦੇ ਵੀ ਸਾਡੀ ਗੱਲਾਂ ਹੋਈਆਂ ਨੇ ਆ ਸਿਰਫ, ਅਤੇ ਗੱਲਾਂ ਜੇ ਵਿੱਚ ਪਾ ਕੇ ਅਸੀਂ ਵੱਡੇ ਚੌੜੇ ਹੋ ਜਾਈਏ ਇਹ ਤਾਂ ਕੋਈ ਫਾਇਦਾ ਨਹੀਂ ਹੁੰਦਾ। ਉਹੀ ਗੱਲਾਂ ਜਿਹੜੀਆਂ ਹੋਈਆਂ ਨੇ ਸਰਕਾਰ ਤੋਂ, ਜਦੋਂ ਇਹ ਸਾਡੇ ਹੱਥ 'ਚ ਆ ਗਈਆਂ ਸਾਨੂੰ ਪ੍ਰਾਪਤ ਹੋ ਗਿਆ, ਫਿਰ ਅਸੀਂ ਕਹਾਂਗੇ ਵੀ ਹਾਂ ਹੁਣ ਜਿੱਤੇ। ਕਿੰਨੇ ਵਜੇ ਚਾਲੇ ਪਾਉਂਗੇ ਅੱਜ? 2 ਵਜੇ। 2 ਵਜੇ ਚਾਲੇ ਜੀ? ਠੀਕ। ਸੋ ਜੋਗਿੰਦਰ ਸਿੰਘ ਰਾਹ ਸਾਡੇ ਨਾਲ ਸਿੰਘ ਦਾ ਕਹਿਣਾ ਕਿ 2 ਵਜੇ ਜਿਹੜਾ ਕਿ ਚਾਲੇ ਇੱਥੋਂ ਪਾਏ ਜਾਣਗੇ ਅਤੇ 2 ਵਜੇ ਤੋਂ ਬਾਅਦ ਜਿਹੜਾ ਕਿ ਧਰਨਾ ਜਿਹੜਾ ਕਿ ਸਮਾਪਤੀ ਵੱਲ ਵੱਧ ਜਾਵੇਗਾ। ਹਾਲਾਂਕਿ ਉਹਨੇ ਵੀ ਕਿਹਾ ਕਿ 30 ਸਤੰਬਰ ਤੱਕ ਦਾ ਅਸੀਂ ਜਿਹੜਾ ਕਿ ਸਮਾਂ ਦਿੱਤਾ, 30 ਸਤੰਬਰ ਤੱਕ ਜੇਕਰ ਖਰੜਾ ਸਾਡੇ ਕੋਲ ਪਹੁੰਚ ਜਾਂਦਾ ਹੈ ਖੇਤੀ ਨੀਤੀ ਦਾ ਤਾਂ ਉਸ 'ਤੇ ਵਿਚਾਰ ਕੀਤੀ ਜਾਊਗੀ, ਜੇਕਰ ਨਹੀਂ ਪਹੁੰਚਦਾ ਤਾਂ ਨਵਾਂ ਐਕਸ਼ਨ ਲਿਆ ਜਾਵੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।